मजदूर मुलाजिम जिंदाबाद, सरदार अहमद जिंदाबाद, अरविंद यूनिवर्सिटी मुर्दाबाद, केंद्र विरोधी मोदी सरकार मुर्दाबाद, केंद्र विरोध मजदूर विरोधी मोदी सरकार मुर्दाबाद, मजदूर विरोधी मोदी सरकार मुर्दाबाद। और जो बीसी उत्तर के प्रधान आते बैठे मजबूर एकत्रित वालों अपने कामकाज बढ़ गई इन्ना नू बीसी दफ्तर के प्रधान तो एक मजबूर एक तो आपके स्थान तक काम करता है तो मजबूर का ही मिल गया 300 रुपया बच्चे ₹500 ਬੀਸੀ ਰਾਹੀਂ ਕਿਰਤ ਮੰਤਰੀ ਪੰਜਾਬ ਨੂੰ ਮੈਮੋਰੈਂਡਮ ਦਿੱਤਾ ਜਾ ਰਿਹਾ ਜਿਸ ਵਿੱਚ NDA ਸਰਕਾਰ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਕਿ ਕਿਰਤ ਕਾਨੂੰਨ ਦੇ ਉੱਤੇ ਬਹੁਤ ਵੱਡਾ ਘਵਾੜਾ ਚਲਾ ਰਹੀ ਆ ਔਰ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਬੰਦ ਕਰਨ ਦਾ ਜੋ ਉਹਨਾਂ ਨੇ ਫੈਸਲਾ ਕਰਨ ਜਾ ਰਹੇ ਔਰ ਸਰਮਾਏਦਾਰੀ ਨੂੰ ਬੜਾਵਾ ਦਿੱਤਾ ਜਾ ਰਿਹਾ ਔਰ ਜਿੰਨੇ ਵੀ ਦੇਸ਼ ਦੀ ਇਕਾਨਮੀ ਜਿਹੜੀ ਆ ਉਹਦੀ ਜਿੰਨੀ ਵੀ ਸੱਟ ਵੱਜੀ ਆ ਉਹ ਅੱਜ ਤੱਕ ਮਜ਼ਦੂਰਾਂ ਅਤੇ ਮੁਲਾਜ਼ਮਾਂ 'ਤੇ ਹੀ ਵੱਜੀ ਆ ਠੇਕੇਦਾਰੀ ਸਿਸਟਮ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਅੱਜ ਪੰਜਾਬ ਦਾ ਕਿਸਾਨ ਵੀ ਜਿਹੜਾ ਵਾ ਉਹ ਖੁਦਕੁਸ਼ੀਆਂ ਕਰਨ ਤਾਂ ਹੀ ਜਾਂਦਾ ਕਿਉਂਕਿ ਥੱਲੇ ਕੋਈ ਕਿਸਾਨ ਦੀ ਕੋਈ ਫਸਲ ਦਾ ਕੋਈ ਮੁੱਲ ਨਹੀਂ ਗਾ ਔਰ ਜੇ ਆਪਾਂ ਪੰਜਾਬ ਦੇ ਕਿਸਾਨ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਅੰਨਦਾਤਾ ਵਾ ਪੰਜਾਬ ਦਾ
ਤੇ ਮੋਦੀ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਕਿਸਾਨਾਂ ਨੂੰ ਹੀ ਬਦਨਾਮ ਕਿਉਂ ਕਰਦੀ ਆ ਕਿ ਪਰਾਲੀ ਦੇ ਨਾਲ ਦਿੱਲੀ ਦੇ ਵਿੱਚ ਕਹਿੰਦੇ ਆ ਪ੍ਰਦੂਸ਼ਣ ਜਾ ਰਿਹਾ, ਜਦੋਂ ਕਿ ਬਾਕੀ ਸਟੇਟਾਂ ਦੇ ਉੱਤੇ ਉਹ ਵੀ ਮਤਲਬ ਉੱਥੋਂ ਦੇ ਵੀ ਮਤਲਬ ਹਰਿਆਣਾ ਹੋਇਆ ਦੂਜੀਆਂ ਸਟੇਟਾਂ ਉਹ ਵੀ ਜ਼ਿਮੀਦਾਰ ਆ, ਜਦੋਂ ਕਿ ਇਹ ਸਾਰਾ ਜਿਹੜਾ ਪ੍ਰਦੂਸ਼ਣ ਆ ਉਹ ਇੰਨੀਆਂ ਗੱਡੀਆਂ ਦੇ ਉੱਤੇ ਕਿਉਂ ਨਹੀਂ ਕੰਟਰੋਲ ਕੀਤਾ ਜਾ ਰਿਹਾ, ਪੰਜਾਬ ਦੇ ਕਿਸਾਨ ਨੂੰ ਹੀ ਕਿਉਂ ਬਦਨਾਮ ਕੀਤਾ ਜਾ ਰਿਹਾ। ਮੋਦੀ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਨੂੰ ਪਰਾਲੀ ਦਾ ਮੁਆਵਜ਼ਾ ਦਿੱਤਾ ਜਾਵੇ ਵੱਧ ਤੋਂ ਵੱਧ, ਤਾਂ ਕਿ ਉਹਨਾਂ ਦਾ ਵੀ ਮਤਲਬ ਜਿਹੜਾ ਜੀਵਨ ਆ ਉਹ ਸੁਖੀ ਹੋ ਰਹੇ। ਅੱਜ ਪੰਜਾਬ ਦਾ ਹਰ ਬੱਚਾ ਬੇਰੁਜ਼ਗਾਰੀ ਕਾਰਨ ਬਾਹਰ ਵਾਸਤੇ ਜਾ ਰਿਹਾ, ਔਰ ਜਿਹੜਾ ਇੱਕ ਗਰੀਬ ਆਦਮੀ ਆ ਕਿਸੇ ਦੀ 5,000 ਤੋਂ ਲੈ ਕੇ 10,000 ਤੋਂ ਤਨਖਾਹ ਉੱਤੇ ਨਹੀਂ ਗੀ ਅਤੇ ਉਹ ਆਪਣਾ ਬੱਚਾ ਹੀ ਨਹੀਂ ਪੜ੍ਹਾ ਸਕਦਾ। ਜਿਹੜਾ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ 5 ਲੱਖ ਦੇ ਬੀਮੇ ਕਰਾਤੇ ਆ, ਮੈਂ ਦੱਸੋ ਇਹ ਪੁੱਛਣਾ ਚਾਹੁੰਦਾ ਵੀ ਅੱਜ ਤੱਕ ਕਿਹੜੇ ਆ ਗਰੀਬ ਵਰਗ ਬੈਠਾ ਇਹਨਾਂ ਨੂੰ ਪੁੱਛ ਕੇ ਵੇਖ ਲਓ ਵੀ ਕਿਸੇ ਦਾ ਇਲਾਜ ਜਿਹੜਾ ਵਾ ਉਹ ਫਰੀ ਹੋਇਆ। ਇਹ ਉਹਦੇ ਵਿਰੁੱਧ ਇੰਟਕ ਜਿਹੜੀ ਆ ਪ੍ਰੋਟੈਸਟ ਕਰ ਰਹੀ ਆ ਅਤੇ ਪੰਜਾਬ ਦੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਕਿਸਾਨਾਂ ਨੂੰ ਜਾਗਰਤ ਕਰਨ ਅੱਜ ਇੰਟਕ ਨੇ ਫੈਸਲਾ ਕੀਤਾ। ਉਹਦੇ ਵਿੱਚ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਮੰਗਾਂ ਵੀ ਆ ਉਹਨਾਂ ਨੂੰ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਾਂਗੇ ਕਿ ਜੇ ਮੋਦੀ ਸਰਕਾਰ ਜ਼ਿੰਮੇ ਆ ਰਿਹਾ ਅਤੇ ਪੰਜਾਬ ਸਰਕਾਰ ਵੀ ਵਿੱਚ ਮਤਲਬ ਜਿਹੜੀ ਆ ਉਹ ਜ਼ਿੰਮੇ ਆ ਰਿਹਾ। ਭਾਵੇਂ ਇੰਟਕ ਦੀ ਸੋਚ ਕਾਂਗਰਸ ਦੇ ਨਾਲ ਆ, ਆਈਡਿਆਲੋਜੀ ਕਾਂਗਰਸ ਨਾਲ ਆ, ਪਰ ਜਿੱਥੇ ਮੁਲਾਜ਼ਮ ਅਤੇ ਮਜ਼ਦੂਰ ਦੇ ਨਾਲ, ਕਿਸਾਨੀ ਦੇ ਨਾਲ, ਗਰੀਬ ਲੋਕਾਂ ਦੇ ਨਾਲ ਧੱਕਾ ਹੋਊਗਾ, ਇੰਟਕ ਆਪਣੀ ਸਰਕਾਰ ਦੇ ਵਿਰੁੱਧ ਵੀ ਜਾਣ ਤੋਂ ਗੁਰੇਜ਼ ਨਹੀਂ ਕਰੂਗੀ। ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ ਉਹ ਪੜ੍ਹਾਈਆਂ ਨੂੰ ਛੱਡ ਕੇ ਨਸ਼ਿਆਂ 'ਚ ਲੱਗ ਰਹੇ ਨੇ ਅਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਇੱਥੋਂ ਆਪਣਾ ਇੰਡੀਆ ਛੱਡ ਕੇ ਬਾਹਰ ਜਾਣ 'ਚ ਜ਼ਿਆਦਾ ਰੁਝਾਨ ਰੱਖਦੇ ਨੇ। ਨਸ਼ਾ ਜਿਹੜਾ ਵਾ ਉਹ ਜਿਹੜਾ ਜਦੋਂ ਇੱਥੋਂ ਤੱਕ ਅੱਜ ਕੱਲ੍ਹ ਇਹ ਇਸ ਵਾਸਤੇ ਆਪਣੀ ਸਰਕਾਰ ਕਿੱਥੋਂ ਤੱਕ ਜ਼ਿੰਮੇਵਾਰ ਆ? ਨਹੀਂ, ਇਹਦੀ ਜ਼ਿੰਮੇਵਾਰੀ ਸਰਕਾਰ ਆ ਕਿ ਅੱਜ ਉਹਨਾਂ ਬੱਚਿਆਂ ਨੂੰ ਜਿਹੜਾ ਦਿਮਾਗੀ ਤੌਰ 'ਤੇ ਪੜ੍ਹ ਲਿਖ ਕੇ ਉਹ ਮਤਲਬ ਪਰੇਸ਼ਾਨ ਹੋ ਜਾਂਦੇ ਆ ਅਤੇ ਉਹਨਾਂ ਨੂੰ ਕੋਈ ਉਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਇਹਦੀ ਜ਼ਿੰਮੇਵਾਰ ਸਰਕਾਰ ਹੀ ਆ। ਉਹ ਨਸ਼ਿਆਂ 'ਚ ਲੱਗ ਜਾਂਦੇ ਨੇ, ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਮਤਲਬ ਜਿਹੜਾ ਵਾ ਇਹ ਬੱਚੇ ਜਿਹੜੇ ਆ ਨਸ਼ਿਆਂ ਤੋਂ ਰਹਿਤ ਹੋ ਸਕਣ। ਹਾਂਜੀ, ਮਿਹਰਬਾਨੀ ਜੀ।